ਅੱਛਾ, ਇੱਕ ਹੋਰ ਵੀ ਗੱਲ ਹੈ, ਮੈਂ ਇੱਕ ਚੀਜ਼ ਮੰਨਦਾ ਜੀ ਵੀ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਵੀ ਡਾਕਟਰਾਂ ਦੀ ਹੁਣ ਲੋੜ ਨਹੀਂ ਹੈਗੀ, ਨਾ ਮੈਡੀਕਲ ਕਾਲਜਾਂ ਦੀ ਲੋੜ ਹੈ, ਨਾ ਹਸਪਤਾਲਾਂ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਡੇਰੇ ਇਹੋ ਜਿਹੇ ਜਿੱਥੇ ਮਰੇ ਹੋਏ ਛੂ ਕਰਕੇ ਜਿਉਂਦੇ ਕਰ ਰਹੇ ਨੇ, ਕੈਂਸਰ ਦੀਆਂ ਬਿਮਾਰੀਆਂ ਮਰਵਾ ਦੇਣਾ, ਕੈਂਸਰ ਦੀਆਂ ਬਿਮਾਰੀਆਂ ਵੀ ਭੱਜ ਰਹੀਆਂ ਨੇ, ਅਧਰੰਗ ਵੀ, ਟੁੱਟੀਆਂ ਬਾਹਾਂ ਵੀ ਠੀਕ ਹੋ ਰਹੀਆਂ ਨੇ, ਅਤੇ ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ 'ਚ ਸ਼ਾਇਦ ਹੁਣ ਡਾਕਟਰਾਂ ਦੀ ਲੋੜ ਨਹੀਂ ਹੈਗੀ, ਤੁਹਾਡਾ ਕੀ ਮੰਨਣਾ? ਮੇਰਾ ਖਿਆਲ ਜੀ ਡਾਕਟਰਾਂ ਦੀ ਲੋੜ ਵੀ ਰਹਿਣੀ, ਇੰਜੀਨੀਅਰਾਂ ਦੀ ਲੋੜ ਨਹੀਂ ਰਹਿਣੀ, ਪਰ ਬਾਬੇ ਨੇ ਛੂ ਕਰਿਆ ਕਰਨਾ ਅਤੇ ਬਣ ਜਾਇਆ ਕਰਨਗੇ ਬ੍ਰਿਜ, ਛੂ ਕਰਿਆ ਕਰਨਾ ਸਭ ਕੁਝ ਹੋ ਜੂਗਾ। ਪਰ ਮੈਂ ਹੱਡ ਬੀਤੀ ਸੁਣਾ ਦਿੰਦਾ, ਅਤੇ ਸਾਡੇ ਕਾਕਾ ਜੀ ਯੁਵਰਾਜ ਸਿੰਘ ਜੀ ਜਾ ਕੇ ਦੇ ਬਾਬੇ ਨੂੰ ਮੱਥਾ ਟੇਕ, ਦੇ ਫਲਾਨਾ ਬਾਬਾ, ਕਹਿੰਦਾ ਗੱਲ ਹੀ ਕੋਈ ਨਹੀਂ, ਇਸ ਦਾ ਕੈਂਸਰ ਠੀਕ ਹੋ ਜਾਏਗਾ, ਅੱਜ ਤੋਂ ਪਤਾ ਨਹੀਂ ਕੀ ਕਰੀ ਜਾਂਦਾ ਸੀ। ਅਤੇ ਮੈਨੂੰ ਪੈ ਗਿਆ ਕਿਹੜੇ ਕੰਮ 'ਚ ਪੈ ਗਏ ਹੈ, ਅਤੇ ਮੁੜ ਕੇ ਫਿਰ ਮੈਂ ਪੰਜਾਬੀ 'ਚ ਫੋਨ ਕੀਤਾ, ਮੈਂ ਕਿਹਾ ਸੂਤ ਹੋਣਾ ਕਿ ਜੁੱਤੀਆਂ ਖਾਣੀਆਂ, ਕੀ ਕਰਨਾ ਕਿ ਬਾਬਾ ਕੁੱਟਾਂ? ਮੈਂ ਕਿਹਾ ਇਹਨੂੰ, ਮੈਂ ਕਿਹਾ ਬਾਬੇ ਤੈਨੂੰ ਮੈਂ ਘੜੀਸ ਕੇ ਪੁੱਠਾ ਕਰਕੇ ਸਾਰਿਆਂ ਟੰਗ ਦੇਣਾ, ਅਤੇ ਗੋਲੀਆਂ ਤੇਰੇ ਮੈਂ ਸਿਰ 'ਚ ਮਾਰੂੰਗਾ, ਯਾਦ ਰੱਖੀ। ਜੱਜ ਨੂੰ ਕਹਿਣਾ, ਕਹਿ ਦੇ ਉਹਨੇ ਜੀ ਬੁਲਟ ਪਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ, ਗੰਡੂ ਵਾਲੇ ਬਾਬਾ ਹੈ ਕੋਈ, ਪਤਾ ਨਹੀਂ ਕਿਹੜਾ ਬਾਬਾ ਇੱਥੇ। ਅਤੇ ਉਹ ਮੁੜ ਕੇ ਕਹਿੰਦਾ ਬਾਈ ਯਾਰ ਮੈਨੂੰ ਬਚਾਏ ਆਪਣੇ ਬਾਪੂ ਤੋਂ। ਮੈਂ ਕਿਹਾ ਇੰਨੀ ਛੇਤੀ ਡਰ ਗਏ ਤਾਂ ਮੈਂ ਐਕਸ਼ਨ ਨਹੀਂ ਕੀਤਾ, ਤੈਂ ਸਾਲਿਆ ਮੇਰਾ ਮੁੰਡਾ ਮਾਰਨਾ। ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ, ਅਤੇ ਮੈਂ ਉਹਦੀ ਮਾਂ ਨੂੰ ਵੀ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ, ਤੋ ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ ਤੁਹਾਡੀਆਂ ਦਵਾਵਾਂ। ਔਰ ਤੁਸੀਂ ਕਿਹੜੀ ਡਾਕਟਰ ਦੀ ਗੱਲ ਕਰਦੇ ਹੋ? ਇਹ ਤਾਂ ਡੇਰਿਆਂ ਦੇ ਵਿੱਚ ਜੀ PhDਆਂ ਕਰੀ ਫਿਰਦੇ ਨੇ, MBBS ਬਣੇ ਫਿਰਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੋਈ ਨਹੀਂ ਟਾਈਮ ਆਉਣ ਵਾਲਾ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਕਹਿੰਦਾ ਐਂ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂਦੇ ਛੱਡ ਦਿਉ, ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਦਿਓ, ਬਿਲਕੁਲ ਇਹ ਗੱਲ ਹੋਣ ਵਾਲੀ ਹੈ, ਬੜੀ ਛੇਤੀ ਹੋਊਗੀ। ਅਜੇ ਟੰਡਰੀ ਵਾਲਾ ਵੀ ਕਹਿੰਦਾ ਸੀ ਲੈ ਗੁਰੂ ਤਾਂ ਸਾਡੇ ਵਰਗੇ ਆ, ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ 'ਤੇ ਬਿਠਾਉਣਾ, ਬਿਠਾਊਂਗਾ ਜ਼ਰੂਰ ਜਿੱਦਣ ਤੂੰ ਮਿਲਿਆ, ਅਤੇ ਚੱਲ ਤੂੰ ਤੱਤੀ ਤਵੀ 'ਤੇ ਛੱਡ, ਤੂੰ ਗਰਮ ਮੈਂ ਤਵੇ 'ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ। ਆਹ ਤਾਂ ਸਾਡੇ ਬਾਬਿਆਂ ਦਾ ਹਾਲ ਹੈ।